ਇਸ ਕਿਰਿਆ ਦੇ ਵਿੱਚ ਅਸੀਂ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਨੂੰ ਮਿਲਾ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣਾ ਬਣਾਵਾਂਗੇ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਮਿਲ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣਾ ਰਹੇ ਹਨ ਇੱਕ ਸੰਯੋਜਨ ਕਿਰਿਆ ਹੈ ਸੰਯੋਜਨ ਕਿਰਿਆ ਦੇ ਵਿੱਚ ਜਦੋਂ ਕੋਈ ਦੋ ਪਦਾਰਥ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਸਿਰਫ ਇੱਕ ਪਦਾਰਥ ਬਣਾਉਂਦੇ ਹਨ ਤਾਂ ਉਸ ਨੂੰ ਸੰਯੋਜਨ ਕਿਰਿਆ ਕਹਿੰਦੇ ਹਨ ਇਸ ਕਿਰਿਆ ਦੇ ਵਿੱਚ ਜਿਹੜਾ ਪਦਾਰਥ ਅਸੀਂ ਵਰਤਣ ਜਾ ਰਹੇ ਹਾਂ ਉਹ ਹੈ ਕੈਲਸ਼ੀਅਮ ਆਕਸਾਈਡ ਇਸ ਨੂੰ ਅਨਭੁਜਿਆ ਚੁੰਨਾ ਵੀ ਕਿਹਾ ਜਾਂਦਾ ਹੈ ਔਰ ਬੜੀ ਰੋਚਕ ਗੱਲ ਹੈ ਕਿ ਇਸ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਵਰਤਿਆ ਹੈ ਔਰ ਵਰਤਦੇ ਕਿਸੇ ਨੂੰ ਦੇਖਿਆ ਹੋਏਗਾ ਬੱਚੋ ਜਾਣਦੇ ਹੋ ਕਿ ਅਨਭੁਜਿਆ ਚੁੰਨਾ ਅਸੀਂ ਕਿੱਥੇ ਵਰਤਦੇ ਹਾਂ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਜਾਂ ਕਿਸੇ ਘਰ ਦੇ ਵਿੱਚ ਕੋਈ ਸ਼ਾਦੀ ਦਾ ਸਮਾਗਮ ਹੁੰਦਾ ਹੈ ਉਸ ਵਕਤ ਉਨਾ ਘਰਾਂ ਨੂੰ ਸਫੇਦੀ ਕਰਾਈ ਜਾਂਦੀ ਹੈ ਸਫੇਦੀ ਸਫੇਦੀ ਕਰਾਉਣ ਵਾਸਤੇ ਇੱਕ ਪਦਾਰਥ ਲਿਆਂਦਾ ਜਾਂਦਾ ਹੈ ਜਿਹਨੂੰ ਅਸੀਂ ਮਾਰਕੀਟ ਵਿੱਚ ਜਾਂ ਘਰਾਂ ਵਿੱਚ ਆਮ ਤੌਰ ਤੇ ਕਲੀ ਦਾ ਸ਼ਬਦ ਵਰਤਦੇ ਹਾਂ ਕਲੀ ਕੀ ਹੁੰਦੀ ਹੈ ਕਲੀ ਅਨਬਜਤ ਚੁੰਨਾ ਹੀ ਹੁੰਦਾ ਹੈ ਉਸ ਨੂੰ ਅਸੀਂ ਕੈਲਸ਼ੀਅਮ ਆਕਸਾਈਡ ਕਹਿੰਦੇ ਹਾਂ ਸਾਡੀ ਪ੍ਰਯੋਗਸ਼ਾਲਾ ਦੇ ਵਿੱਚ ਇਹ ਕੈਲਸ਼ੀਅਮ ਆਕਸਾਈਡ ਦੇ ਨਾਮ ਤੇ ਵਰਤਿਆ ਜਾਂਦਾ ਹੈ ਸਰ ਅਗਰੇ ਇਸ ਦਾ ਮਤਲਬ ਇਹ ਨਾ ਮੌਜੂਦ ਹੋਵੇ ਪ੍ਰਯੋਗਸ਼ਾਲਾ ਚ ਤਾਂ ਅਸੀਂ ਬਾਜ਼ਾਰੋਂ ਜਿਹੜੀ ਆਮ ਕਲੀ ਆ ਉਹ ਖਰੀਦ ਕੇ ਇਸ ਪ੍ਰਯੋਗ ਲਈ ਵਰਤ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਬਾਜ਼ਾਰ ਚੋਂ ਕਲੀ ਜਿਹੜੀ ਇਹ ਘਰਾਂ ਨੂੰ ਸਫੈਦੀ ਕਰਨ ਵਾਲੀ ਆ ਉਸ ਨੂੰ ਵਰਤ ਕੇ ਵੀ ਇਹ ਕਿਰਿਆ ਕਰ ਸਕਦੇ ਹੋ ਠੀਕ ਹੈ ਸਰ ਇਸ ਕੇ ਦੇ ਵਿੱਚ ਕੀ ਹੋਏਗਾ ਕਿ ਕੈਲਸ਼ੀਅਮ ਆਕਸਾਈਡ ਨੂੰ ਜਦੋਂ ਤੁਸੀਂ ਇੱਕ ਬੀਕਰ ਚ ਲਓਗੇ ਉਹਦੇ ਵਿੱਚ ਤੁਸੀਂ ਪਾਣੀ ਪਾਣਾ ਹੈ ਪਾਣੀ ਪਾਣਾ ਇਹ ਕੈਲਸ਼ੀਅਮ ਆਕਸਾਈਡ ਪਾਣੀ ਵਿੱਚ ਘੁਲਣਾ ਸ਼ੁਰੂ ਹੋ ਜਾਏਗਾ ਘੁਲ ਕੇ ਕੈਲਸ਼ੀਅਮ ਹਾਈਡਰੋਕਸਾਈਡ ਬਣ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਘਰਾਂ ਦੇ ਵਿੱਚ ਕਲੀ ਕਰਨ ਲੱਗਿਆਂ ਕਲੀ ਦੇ ਵਿੱਚ ਪਾਣੀ ਪਾਉਂਦੇ ਸੀਗੇ ਉਹ ਕਲੀ ਘੁੱਲ ਕੇ ਤਿਆਰ ਹੋ ਜਾਂਦੀ ਸੀ ਪਰ ਇੱਕ ਤੁਹਾਡੀ ਗੱਲ ਵਿੱਚ ਰਹਿ ਗਈ ਵੀ ਅਸੀਂ ਦੇਖਦੇ ਆਂ ਜਦੋਂ ਘਰ ਨੂੰ ਸਫੇਦੀ ਜਾਂ ਕਲੀ ਕਰਾਉਂਦੇ ਆ ਲੋਗ ਜੀ ਤਾਂ ਪਹਿਲਾਂ ਤਾਂ ਪਾਰਦਰਸ਼ੀ ਪਾਣੀ ਜਾਂ ਹੁੰਦਾ ਪਰ ਹੌਲੀ-ਹੌਲੀ ਉਹ ਬਹੁਤ ਸਫੇਦ ਰੰਗ ਲੈ ਲੈਂਦਾ ਹੈ ਕੀ ਇਹ ਵੀ ਕੋਈ ਕਿਰਿਆ ਹੁੰਦੀ ਹੈ ਬਿਲਕੁਲ ਜੀ ਜਦੋਂ ਅਸੀਂ ਘਰ ਦੇ ਵਿੱਚ ਕਲੀ ਕਰਦੇ ਹਾਂ ਤਾਂ ਪਹਿਲਾਂ ਤਾਂ ਜਦੋਂ ਕਲੀ ਫੇਰੀ ਜਾਂਦੀ ਹੈ ਉਹਦਾ ਕੋਈ ਚਮਕ ਕੋਈ ਰੰਗ ਨਜ਼ਰ ਨਹੀਂ ਆਉਂਦਾ ਬਿਲਕੁਲ ਪਰ ਸਮਾਂ ਪੈਣ ਦੇ ਨਾਲ-ਨਾਲ ਉਹਦੇ ਅੰਦਰ ਚਮਕ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਵੀ ਇੱਕ ਰਸਾਇਣਿਕ ਕਿਰਿਆ ਹੈ ਅਸੀਂ ਜਾਣਦੇ ਹਾਂ ਕਿ ਸਾਡੇ ਵਾਯੂ ਮੰਡਲ ਦੇ ਵਿੱਚ ਕਾਰਬਨ ਡਾਈਆਕਸਾਈਡ ਨਾਂ ਦੀ ਇੱਕ ਗੈਸ ਹੈ ਹਾਂਜੀ ਜਦੋਂ ਇਹ ਕਲੀ ਨੂੰ ਪਾਣੀ ਚ ਘੋਲਿਆ ਜਾਂਦਾ ਹੈ ਤੇ ਕੈਲਸ਼ੀਅਮ ਹਾਈਡਰੋਕਸਾਈਡ ਬਣਦੀ ਹੈ ਜਿਸ ਨੂੰ ਅਸੀਂ ਦੀਵਾਰਾਂ 'ਤੇ ਫੇਰਦੇ ਹਾਂ ਪਰ ਵਾਯੂ ਮੰਡਲ ਵਿੱਚਲੀ ਕਾਰਬਨ ਡਾਈਆਕਸਾਈਡ ਦੇ ਨਾਲ ਉਹ ਕੈਲਸ਼ੀਅਮ ਹਾਈਡਰੋਕਸਾਈਡ ਕਿਰਿਆ ਕਰਦਾ ਰਹਿੰਦਾ ਹੈ ਕਿਰਿਆ ਕਰਕੇ ਉਹ ਕਿੰਦੇ 'ਚ ਬਦਲ ਜਾਂਦਾ ਹੈ ਕੈਲਸ਼ੀਅਮ ਕਾਰਬੋਨੇਟ ਵਿੱਚ ਕੈਲਸ਼ੀਅਮ ਕਾਰਬੋਨੇਟ ਸਫੇਦ ਰੰਗ ਦਾ ਚਮਕਦਾਰ ਪਦਾਰਥ ਹੁੰਦਾ ਹੈ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਉਸ ਸਫੇਦੀ ਨਾਲ ਚਮਕ ਆ ਜਾਂਦੀ ਹੈ ਤੁਸੀਂ ਜਾਣਦੇ ਹੋ ਕਿ ਜਦੋਂ ਸਫੇਦੀ ਕਰਾਈ ਜਾਂਦੀ ਹੈ ਘਰ ਜਿਹੜਾ ਹੈ ਜਗਮਗਾ ਉੱਟਦਾ ਹੈ ਬਿਲਕੁਲ ਰੋਸ਼ਨੀ ਜਿਹੜੀ ਆਉਂਦੇ ਤੋਂ ਪਰਵਰਤਿਤ ਹੋ ਕੇ ਪੂਰੇ ਘਰ ਵਿੱਚ ਫੈਲਦੀ ਹੈ ਤਾਂ ਇਸੇ ਤਰ੍ਹਾਂ ਕੈਲਸ਼ੀਅਮ ਆਕਸਾਈਡ ਜਿਹੜਾ ਹੈ ਅਣਭੁਜਾ ਚੂਨਾ ਜਦੋਂ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਇਹ ਬੁਝਿਆ ਚਨਾ ਵਿੱਚ ਬਦਲ ਜਾਂਦਾ ਹੈ ਤੇ ਬਾਅਦ ਵਿੱਚ ਇਹਦੇ ਚ ਕਾਰਬਨ ਡਾਈਆਕਸਾਈਡ ਜੇ ਲੰਘਾਈ ਜਾਵੇ ਤੇ ਵਾਪਸ ਕੈਲਸ਼ੀਅਮ ਕਾਰਬੋਨੇਟ ਵਿੱਚ ਬਦਲ ਜਾਂਦਾ ਹੈ ਤਾਂ ਅਸੀਂ ਇਸ ਕਿਰਿਆ ਨੂੰ ਕਰਕੇ ਦੇਖਾਂਗੇ ਕਿ ਇਹਦੇ ਵਿੱਚ ਹੋਰ ਕੀ ਚੀਜ਼ ਦੇਖਣ ਵਿੱਚ ਆਉਂਦੀ ਹੈ ਮੈਂ ਇੱਥੇ ਇੱਕ ਸ਼ਬਦ ਬੋਲਿਆ ਹੋਰ ਕੀ ਚੀਜ਼ ਦੇਖਣ ਵਿੱਚ ਆਉਂਦੀ ਹੈ ਬੱਚਿਓ ਤੁਸੀਂ ਵੀ ਇਸ ਕਿਰਿਆ ਨੂੰ ਕਰਨਾ ਹੈ ਔਰ ਨਾਲ ਨੋਟ ਕਰਨਾ ਹੈ ਕਿ ਅਸੀਂ ਇਹਦੇ ਵਿੱਚ ਕੀ ਦੇਖਿਆ ਸਭ ਤੋਂ ਪਹਿਲਾਂ ਸਪੈਚੂਲਾ ਦੀ ਮਦਦ ਨਾਲ ਅਸੀਂ ਕੈਲਸ਼ੀਅਮ ਆਕਸਾਈਡ ਨੂੰ ਇੱਕ ਖਾਲੀ ਬੀਕਰ ਦੇ ਵਿੱਚ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਣੀ ਮਿਲਾਵਾਂਗੇ ਹਾਂਜੀ ਗੁਰਮੀਤ ਜੀ ਤੁਸੀਂ ਇਹਨੂੰ ਹੱਥ ਲਗਾ ਕੇ ਦੇਖੋ ਕਾਫੀ ਗਰਮ ਹੋ ਗਈ ਹੈ ਜੀ ਇੱਥੇ ਅਸੀਂ ਦੇਖਿਆ ਕਿ ਇਸ ਨੂੰ ਜਦੋਂ ਹੱਥ ਲਗਾਇਆ ਤਾਂ ਇਹਦਾ ਬੀਕਰ ਜਿਹੜਾ ਹੈ ਉਸ ਬੀਕਰ ਦਾ ਤਾਪਮਨ ਵਧਣਾ ਸ਼ੁਰੂ ਹੋ ਗਿਆ। ਇਹ ਬੀਕਰ ਗਰਮ ਹੋਣਾ ਸ਼ੁਰੂ ਹੋ ਗਿਆ। ਸਰ ਇਹ ਅਸੀਂ ਦੇਖਦੇ ਵੀ ਸੀ ਵੀ ਜਦੋਂ ਘਰ ਦੇ ਵਿੱਚ ਕਲੀ ਕਰਦੇ ਸੀ ਤਾਂ ਉਹਨੂੰ ਬਰਤਨ ਜਦੋਂ ਪਾਣੀ ਪਾਉਂਦੇ ਸੀ ਤਾਂ ਕਾਫੀ ਬੁਲਬਲੇ ਜੇ ਨਿਕਲਦੇ ਹੁੰਦੇ ਸੀ। ਬਿਲਕੁਲ ਜੀ ਬਿਲਕੁਲ। ਪੰਜ ਦੇਖ ਕੇ। ਬਿਲਕੁਲ। ਅੱਜ ਪਤਾ ਲੱਗਿਆ ਕਿ ਉਹ ਕਿਰਿਆ ਇਹ ਇੱਕ ਤਾਪ ਨਿਕਾਸੀ ਕਿਰਿਆ ਹੈ। ਇਹਦੇ ਵਿੱਚ ਬਹੁਤ ਸਾਰਾ ਮਾਤਰਾ ਵਿੱਚ ਤਾਪ ਨਿਕਲਦਾ ਹੈ। ਠੀਕ ਹੈ ਜੀ। ਇਸ ਕਰਕੇ ਇਸ ਬਰਤਨ ਦਾ ਤਾਪ ਜਿਹੜਾ ਹੈ ਵਧਣਾ ਸ਼ੁਰੂ ਹੋ ਜਾਂਦਾ ਹੈ। ਘਰ ਦੇ ਵਿੱਚ ਸਫੇਦੀ ਕਰਨ ਲੱਗਿਆ ਇਹੇ ਸਾਵਧਾਨੀ ਵਰਤੀ ਜਾਂਦੀ ਸੀ ਕਿ ਕਲੀ ਦੇ ਵਿੱਚ ਪਾਣੀ ਪਾਣ ਲੱਗਿਆ ਕਦੇ ਵੀ ਚਿਹਰਾ ਉੱਪਰੋਂ ਦੇਖਣਾ ਨਹੀਂ ਚਾਹੀਦਾ ਸੀਗਾ ਤਾਂ ਕਿ ਉਹ ਜਿਹੜਾ ਤਾਪ ਹੈ ਉਹ ਤੁਹਾਡੇ ਚਿਹਰੇ ਨੂੰ ਪ੍ਰਭਾਵਿਤ ਨਾ ਕਰੇ